ਕਿਵੇਂ ਕੇਸਰਾ ਹੈ? ਉਹ ਕਿਵੇਂ ਬੁੜੀ ਜੀ ਫੁੱਕੀ ਬੈਠੇ ਆ? ਉਹ ਬੁੜੀ ਫੁੱਕਣ ਵਾਲੀ ਕੰਮ ਆ ਯਾਰ ਆਪਣਾ ਤਾਂ, ਜਦੋਂ ਭੁੱਕੀ ਮੁੱਕ ਗਈ ਤਾਂ ਬੁੜੀ ਫੁੱਕ ਗਈ। ਮੁੱਕ ਗਈ ਹੋਰ? ਓਹੋ, ਮੈਂ ਤਾਂ ਤੇਰੇ ਲਵੇ ਕਾਰਡ ਲਾਉਣ ਆਇਆ ਸੀ। ਉਹ ਯਾਰ ਮੈਂ ਤਾਂ ਉਹਦੇ ਨਾਲ ਸਤਨਾਮ ਨਾਲ ਗੱਲ ਕਰੀ ਸੀ, ਆਪਣੇ ਭਤੀਜੇ ਨਾਲ। ਉਹ ਕਹਿੰਦਾ ਵੀ ਮੈਂ ਤੁਹਾਨੂੰ ਭੁੱਕੀ ਦੀ ਗੱਡੀ ਲਿਖਾ ਦੂੰਗਾ। ਗੱਡੀ ਸਾਲਿਆ, ਉੱਠਦਾ ਤੇਰੇ ਕੁਛ ਹੋਏ ਪਏ ਸਾਲਾ ਡੰਗਰ। ਕੀ ਕਹਿੰਦਾ ਸੀ ਫਿਰ ਉਹ? ਉਹ ਕਹਿੰਦਾ ਵੀ ਉਹਦਾ ਕੋਈ ਯਾਰ ਦੋਸਤ ਹੋਊਗਾ ਕੋਈ ਕਾਲਜ ਚ, ਉਹਦਾ ਬਾਪ ਅਫਸਰ ਉਫਸਰ ਹੈਗਾ ਕੋਈ ਵੱਡਾ। ਉਹ ਕਹਿੰਦਾ ਵੀ ਆਪਾਂ ਉੱਥੇ ਗੱਡੀ ਗੁੱਡੀ ਲਿਖਾ ਦਾਂਗੇ। ਭੁੱਕੀ ਦੀ ਕਹਿੰਦਾ ਵੀ ਜਿੰਨੀ ਤੁਹਾਨੂੰ ਚਾਹੀਦੀ ਆ ਵੀ ਉਨੀ ਲੈ ਲਿਓ। ਚੱਲ ਫਿਰ ਪਰ ਥੋੜੂ 2-2.5 ਲੱਖ ਰੁਪਇਆ ਮੰਗਦਾ ਅਗਲਾ। ਫੇਰ ਤਾਂ ਭੁੱਲ ਜਾ, ਫੇਰ ਨੀ ਮਿਲਦੀ। ਭੁੱਲ ਜਾ, ਉਹ ਮੈਂ ਹੈਗਾ ਨਾ ਜੋ ਤੁਹਾਡੇ ਨਾਲ, ਫਿਰ ਤੁਹਾਨੂੰ ਭੁੱਲਣ ਦੀ ਕੀ ਲੋੜ ਆ? ਭੁੱਕੀ ਦੀ ਅਸੀਂ ਤਾਂ ਕਰਦਾਂਗੇ ਆਪਾਂ ਨਾ, ਤੇਰੇ ਲਵੇ ਹੈਗਾ। ਫਿਕਰ ਕਿਉਂ ਕਰਦਾ ਜਦੋਂ ਯਾਰ ਮੈਂ ਤੈਨੂੰ ਕਹਿਤਾ ਵੀ ਮੈਂ ਹੈਗਾ। ਹੈਲੋ, ਖੜਾ ਹੋ, ਸੁਣੋ ਮੇਰੀ ਸਕੀਮ। ਅਦੋਂ ਐਂ ਕਰੋ, 5-7 ਪਰਿੰਡਾਂ ਆਦੋ ਮਰੀਆਂ ਜਾਂ ਕਰਕੇ ਮੇਰੇ ਲਵੇ ਲਿਆਓ, ਠੀਕ ਆ? ਲੈ ਚੋਵੇਂਗਾ ਉਹਨਾਂ ਨੂੰ। ਓ ਗੱਲ ਤਾਂ ਸੁਣ ਲਿਆ ਕਰ ਪਹਿਲਾਂ ਪੂਰੀ, ਤੂੰ ਬਸ ਹੱਲੇ ਪਰਿੰਡਾਂ ਲੈ ਚਲੋ, ਠੀਕ ਆ? ਆਪਦਾ ਕਿਉਂ, ਕੀ ਕਹਿੰਦਾ? ਮੰਨ ਲੈਂਦਾ ਭਾਈ ਆਪਾਂ ਗੱਲ, ਚੱਲ ਦੇਖ ਲੈਂਦੇ ਹਾਂ। ਸਹੀ ਕਹਿ ਰਿਹਾ ਮੈਂ, ਤੁਹਾਨੂੰ ਲੈ ਕੇ ਆਇਓ, ਠੀਕ ਹੈ? ਹਾਂ ਚਲ ਵੇ, ਦੇਖ ਲਈ ਫਿਰ ਲਿਆਵਾਂਗੇ। ਹਾਂ ਫੜਦੀ ਆ ਕਿਹੜਾ ਸਕਾ ਲਈਆਂ, ਆ ਜਾ। ਉੱਠ ਜਾ, ਆ ਦੇਖ ਪ੍ਰਿੰਟਾ। ਓਏ ਪ੍ਰਿੰਟਾ ਨੇ ਸੱਪ ਥੋੜੀ ਆ, ਤੁਸੀਂ ਤਾਂ ਕਿਹਾ ਸੀ ਨਾਲੇ ਜਾਉਂਦੀਆਂ ਨੇ, ਛੱਡਦਾ ਜਿਹੜੇ ਹਿਸਾਬ ਨਾਲ ਤੁਸੀਂ ਪਾਈ ਯਾਰ ਇਹਨੂੰ ਬੱਚੇ ਤਾਂ ਮੇਰੇ ਖਿਆਲ ਚ ਮਰ ਗਈ ਆਉਣੀ ਆ। ਨਾ ਨਾ, 3 ਵਾਰ ਹਵਾ ਭਰੀ ਗਿਆ ਹੁੰਦੇ ਆਂਦੇ ਸਾਧ ਮਾਤਾ। ਅੱਛਾ ਬੈਠੀਏ, ਬਹਿਓ। ਕਿੰਨੇ ਕੁ ਲੱਗੇ ਹੋ? ਪਤਾ ਨੀ, ਗਿਣਤੀ ਭੁੱਲ ਗਿਆ, ਦੇਖੀ ਉੱਡਣਾ ਜਾਣਾ। ਮੈਂ ਤਾਂ ਤੈਨੂੰ ਆਧ ਮਰੀਆਂ ਕਿਹਾ, ਤੁਸੀਂ ਵੀ ਆਧ ਮਰੀਆਂ ਕਰਕੇ ਲੈ। ਮੇਰੇ ਤਾਂ ਪਛਾਣ ਪਛਾਣ ਲੜਨਗੀਆਂ ਇਹ। ਠੀਕ ਆ ਠੀਕ ਆ, ਵਧੀਆ ਨੇ ਸਾਹ ਹੋਣਾ, ਵਧੀਆ ਹਵਾ ਭਰਦਾ ਰਹੀ। ਹਵਾ ਤਾਂ ਭਰਨਾਗੇ ਆਪਾਂ, ਬਣ ਜੂਗਾ ਉਹ ਦੇਖ ਕੀ ਹੈ। ਐਡੀ ਮੈਸ ਨੀ ਦਿਸ ਰਹੀ ਯਾਰ ਤੈਨੂੰ, ਕਮਾਲ ਕਰੀ ਜਾਂਦਾ ਹੈਗਾ। ਓਏ ਆਹ ਖੜੀ ਆ। ਹਾਂ ਹਾਂ ਦਿਖ ਗਈ। ਓਏ ਆਉਂਦੇ ਜਾਂਦੇ ਨਾਲ ਤਾਂ ਮੇਰੀ ਮਾਰਦੀ ਆ ਪੂਛੇ। ਹੁਣ ਤੂੰ ਐਂ ਕਰ, ਆ ਜਿਹੜੀਆਂ ਤੇਰੀਆਂ ਮਾਸੀਆਂ ਲਈ ਫਿਰਨਾ ਭਰਿੰਡਾ, ਇਹਨਾਂ ਨੂੰ ਜਾ ਕੇ ਇਹਦੇ ਥਣਾ 'ਤੇ ਲੜਾ ਦੇ। ਯਾ ਗਮੰਟੀ ਹੈ ਨੀ ਮੈਂ ਐਸਾ, ਇਹ ਤਾਂ ਗਏ ਹੋਏ ਨੇ ਕਿਧਰੇ, ਠੀਕ ਆ? ਤੂੰ ਐਂ ਕਰ, ਓਏ ਕੋਈ ਉਹ ਫਿਰ ਰਿਹਾ ਹੋਊਗਾ ਕੱਟੇ ਮੱਝਾਂ ਵਾਲਾ। ਮੈਂ ਕਿੱਥੋਂ ਲਿਆਵਾਂ? ਓਏ ਲੱਪ ਜੂਆ ਕੋਈ ਬਥੇਰੇ ਫਿਰ ਰਹੇ ਹੁੰਦੇ ਨੇ ਗੇ, ਤੂੰ ਐਂ ਕਰ ਉਹਨੂੰ ਲਿਆ ਜਾ ਢੋਲ ਕੇ, ਅਸੀਂ ਲੜਾਉਂਦੇ ਤੇ ਮੈਂ ਦੇ ਠੀਕ ਆ ਥਣਾ 'ਤੇ ਉਹ, ਠੀਕ? ਤੂੰ ਚੱਲ ਆ ਭੱਜ ਕੇ ਜਾ ਛੇਤੀ ਆ, ਵੀ ਤੂੰ ਬੋਚ ਕੇ ਲੜਾ ਦੇ, ਠੀਕ ਆ? ਤੂੰ ਨਾਲ ਨਹੀਂ, ਉਹ ਨਾਲ ਆ ਮੈਂ ਤੇਰੇ, ਉਹੀ ਮੂਰਖਾਣੀ ਆ। ਸਾਲੇ ਆਈ ਉਹ ਆ ਗਏ ਲੈ।
ਦੇ ਲੰਮੀ ਉਮਰਾਂ ਕਾਲੇ ਮੱਥੇ ਆਏ ਨੂੰ ਯਾਰ ਇਹਦੇ ਲੋ ਹੋ ਗਿਆ ਲੈ ਤਾਂ ਪਾਰੀ ਕੱਟਿਆਗਾ ਤੇ ਆਪਾਂ ਮੱਜ ਵੇਚਣੀ ਹੈ ਲੈ ਹੋਰ ਤੈਨੂੰ ਤੇ ਛਾਗਨ ਪਾਣ ਵਾਸਤੇ ਬੁਲਾਤਾ ਦੇਖ ਮੈਂ ਸੱਚੀ ਮੁੱਲ ਲਾਨਾਗਾ ਤਾਜ਼ੀ ਸੂਈ ਹੋਈ ਹੈ ਜਮੀ ਮੈਂ ਤਾਂ ਪਰਾ ਬਚੰਗੀ ਲਾਈ ਹੈ ਓਏ ਹੁਣੇ ਸੂਈ ਹੋਈ ਆ ਦੇਖ ਥਣ ਦੇਖ ਤੂੰ ਲੱਗੇ ਹੋ ਕੇ ਤੇ ਕੱਟਾ ਦੇ ਐਟਾ ਬੜਾ ਕੱਲੇ ਕੱਲੇ ਓਏ ਮੈਂ ਇਸ ਨੂੰ ਅਸੀਂ ਬਾਈ ਉਹ ਪਾਉਂਦੇ ਤੇ ਖਲ ਪਾਉਂਦੇ ਹੁੰਦੇ ਤੇ ਸਰੋਂ ਦੀ ਸਾਰਾ ਕੱਟੇ ਹੀ ਲੱਗ ਗਿਆ ਕੱਟੇ ਨੂੰ ਲੱਗ ਗਿਆ ਤੇ ਲੈਣ ਦੇਣ ਵਾਲੀ ਗੱਲ ਉਹ ਕਰ ਪਾ ਕੇ ਨੇ ਲੈਣਾ ਲੈਣ ਦੇਣ ਵਾਲੀ ਹਜੇ ਤਾਂ ਮੈਂ ਗੱਲੇ ਨਹੀਂ ਕਰੀ ਕੋਈ ਹੈ ਤੂੰ ਕੱਲੇ ਕੱਲੇ ਥਣ ਚ ਪਾਈਆ ਪਾਈਆ ਦੁੱਧਾ ਕਿਉਂ ਦੇਦਾ ਇਹ ਗੱਲ ਦੱਸ ਯਾਰ ਤੇ ਮੰਗ ਕਿੰਨੇ ਮੰਗਦਾ ਫਿਰ ਅਸੀਂ ਤਾਂ ਬਈ 50,000 ਮੰਗਦੇ ਆ ਤੇ 50,000 ਨੂੰ ਜਾ ਜਾ ਇਹ 50,000 ਦਾ ਜਾ ਕੌਣ ਦਿੰਦਾ ਹੈਗਾ ਤੂੰ ਯਾਰ 50,000 ਦੇਣਾ ਦੇ ਨਹੀਂ ਛੱਡ ਲੈ ਵਪਾਰੀ ਬਥੇਰੇ ਤੇ ਚੱਲ ਮੈਂ 30,000 ਰੁਪਇਆ ਦੇ ਦੇਣਾ ਖਰਚਾ ਗਿਣਤਾ ਲਵਾਂ ਓ ਬਸ ਪੂਰੀ ਹੋਣੇ ਲੈ ਜਾ ਮੈਂ ਸਕੂਲ ਕੇ ਖੇਤੀ ਲੈ ਜਾ ਬਾਈ ਮੜਾ ਜਾ ਖੇਤੀ ਲੈ ਜੀ ਉਹ ਸਾਥੋਂ ਜਰੀ ਨਹੀਂ ਆਉਂਦੀ ਹੈਗੀ ਖੇਤੀ ਲੈ ਜਾ ਵੀਰ ਮਾਰ ਕੇ ਖੋਲ ਕੇ ਆ ਕੱਟਾ ਗੋਲ ਨਹੀਂ ਪਾ ਮੜਾ ਜਾ ਖੋਲੋ ਕੱਟਾ ਕੱਟਾ ਛੱਡੇ ਜਾਂਦਾ ਜੀ ਉਹ ਛੇਤੀ ਛੱਡ ਦੇ ਖੋਲ ਦੇ ਹੁਣ ਅੱਗੇ ਇਹ ਤਾਂ ਸਾਰਾ 35 ਹੋਇਆ ਉਹ ਫਿਰ ਮੈਂ ਹੈਗਾ ਨਾ 35 ਹੋ ਗਿਆ ਹੋਰ ਵੀ ਹੋਣਗੇ ਤੁਸੀਂ ਹੁਣ ਦੇਖੋ ਸੱਪ ਫੜ ਕੇ ਲਈਏ ਹੁਣ ਖੂਨ ਕੁਛ ਨਹੀਂ ਫੜਨਾ ਅੱਛਾ ਹੁਣ ਤਾਂ ਬਸ ਜਿਵੇਂ ਮੈਂ ਕਹੂੰਗਾ ਉਵੇਂ ਕਰਨਾ ਹੁਣ ਕੱਲ ਨੂੰ ਤੁਸੀਂ